ਮਾਂਗਟ ਨੇ ਆਰੋਪ ਲਗਾਇਆ ਕਿ ਕਸਟਡੀ ਦੌਰਾਨ ਕੁੱਟਿਆ ਗਿਆ ਉਹਨਾਂ ਨੂੰ, ਤਾਂ ਉਹ ਕਸਟਡੀ ਦੀ ਕੋਈ ਵੀਡੀਓ ਕਲਿੱਪ, ਕੋਈ CCTV ਫੁਟੇਜ ਮੋਹਾਲੀ ਪੁਲਿਸ ਵੱਲੋਂ ਪ੍ਰੋਵਾਈਡ ਕਰਾਈ ਗਈ ਕਿ ਅਸੀਂ ਇਸ ਤਰੀਕੇ ਦਾ ਕੋਈ ਬਿਹੇਵ ਨਹੀਂ ਕੀਤਾ? ਕਿ ਉਸ ਸਮੇਂ ਉਹ CCTV ਚੱਲ ਰਹੇ ਸਨ? ਨਹੀਂ, ਇਹਦੇ ਬਾਰੇ ਕੁਐਸਚਨ ਪੁੱਟ ਕੀਤਾ ਸੀਗਾ, ਪਰ CCTV ਨਹੀਂ ਚੱਲ ਰਹੇ ਸਨ ਉਹਨਾਂ ਦੇ ਜਿਹੜੇ ਥਾਣੇ ਦੇ ਸੀਗੇ। ਕੀ ਤੁਹਾਡੇ ਵੱਲੋਂ ਮੋਹਾਲੀ ਸਿਵਲ ਹੋਸਪਿਟਲ ਦੀ ਅਥਾਰਟੀ ਨੂੰ ਜਾਂ ਸੰਬੰਧਿਤ ਡਾਕਟਰਸ ਨੂੰ ਵੀ ਸੂ ਮੋਟੋ ਲੈ ਕੇ ਬੁਲਾਇਆ ਜਾਵੇਗਾ ਕਿ ਤੁਸੀਂ ਆਪਣਾ ਪੱਖ ਰੱਖੋ ਇਸ ਤਰੀਕੇ ਦੇ ਐਲੀਗੇਸ਼ਨ ਆ ਤੁਹਾਡੇ ਦੇ? ਹਾਂ, ਜੋ ਵੀ ਸਾਡੇ ਕੋਲ ਸਾਹਮਣੇ ਆਏਗਾ, ਅਗਰ ਐਲੀ ਮਾਂਗਟ ਸਾਨੂੰ ਇਹ ਇਸ ਬਾਰੇ ਕੋਈ ਇਨਫੋਰਮੇਸ਼ਨ ਦੇਗਾ ਕਿ ਇਹ ਜਿਹੜੇ ਸਾਰਾ ਚੀਜ਼ ਗਲਤ ਹੋਈ ਹੈ, ਜਾਂ ਸਾਡੇ ਕੋਲ ਜਿਹੜੀ ਨਿਊਜ਼ ਆਏਗੀ ਉਸ ਬੇਸ 'ਤੇ ਅਸੀਂ ਉਹਨਾਂ ਨੂੰ ਵੀ ਕਾਲ ਕਰਾਂਗੇ। MRL ਰਿਪੋਰਟ ਦਾ ਇੱਕ ਹਵਾਲਾ ਦਿੱਤਾ ਸੀ ਐਲੀ ਮਾਂਗਟ ਨੇ ਕਿ MRL ਰਿਪੋਰਟ ਦੇ ਵਿੱਚ ਆਇਆ ਕਿ ਉਹਨਾਂ ਨਾਲ ਕੁੱਟਮਾਰ ਹੋਈ ਹੈ। ਕੀ ਉਹ ਰਿਪੋਰਟ ਤੁਹਾਡੇ ਕੋਲ ਪਹੁੰਚੀ ਹੈ ਹਾਲੇ ਤੀਕਰ ਕਿਸੇ ਵੀ ਸੋਰਸਸ ਦੇ ਜ਼ਰੀਏ ਜਾਂ ਫਿਰ ਐਲੀ ਮਾਂਗਟ ਦੇ ਜ਼ਰੀਏ? ਨਹੀਂ, ਸਾਡੇ ਕੋਲ ਕੋਈ ਰਿਪੋਰਟ ਨਹੀਂ ਪਹੁੰਚੀ, ਇਸੇ ਕਰਕੇ ਅਸੀਂ ਥੋੜ੍ਹਾ ਟਾਈਮ ਜਿਹੜਾ ਆ ਦਿੱਤਾ ਹੈ ਕਿ ਸਾਡੇ ਕੋਲ ਪ੍ਰੋਪਰ ਰਿਪੋਰਟ ਔਰ ਰਿਕਾਰਡ ਪਹੁੰਚੇ। ਐਲੀ ਮਾਂਗਟ ਅਤੇ ਮੋਹਾਲੀ ਪੁਲਿਸ ਵਿਵਾਦ ਦੇ ਵਿੱਚ ਇੱਕ ਨਵਾਂ ਟਰਨ ਆਇਆ। ਹੁਣ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਇਨਕੁਆਇਰੀ ਦੀ ਰਿਪੋਰਟ ਪੰਜਾਬ ਸਟੇਟ ਹਿਊਮਨ ਰਾਈਟ ਕਮਿਸ਼ਨ ਨੂੰ ਵੀ ਦੇਣੀ ਪਵੇਗੀ। ਇਹ ਰਿਪੋਰਟ ਦੇ ਆਧਾਰ 'ਤੇ ਹਿਊਮਨ ਰਾਈਟ ਕਮਿਸ਼ਨ ਕਾਰਵਾਈ ਕਰੇਗਾ। ਸਾਡੇ ਨਾਲ ਇੱਥੇ ਪੰਜਾਬ ਸਟੇਟ ਹਿਊਮਨ ਰਾਈਟਸ ਦੇ ਮੈਂਬਰ ਅਵਿਨਾਸ਼ ਕੌਰ ਜੀ ਨੇ। ਅਵਿਨਾਸ਼ ਜੀ, ਹੁਣ ਜਿਸ ਤਰੀਕੇ ਨਾਲ ਅੱਜ ਮੋਹਾਲੀ ਦੇ SSP DSP ਅਤੇ ਸੰਬੰਧਿਤ SHO ਅੱਜ ਤੁਹਾਡੇ ਸਾਹਮਣੇ ਪੇਸ਼ ਹੋਏ ਆ, ਕੀ ਗੱਲਾਂ ਸਾਹਮਣੇ ਆਈਆਂ ਇਸ ਪੇਸ਼ੀ ਦੇ ਦੌਰਾਨ? ਇਹਦੇ ਵਿੱਚ ਉਹਨਾਂ ਨੇ ਆਪਣਾ ਪੱਖ ਰੱਖਿਆ ਕਿ ਜਿਹੜਾ ਅਸੀਂ ਵੀ ਮਾਹੌਲ ਨੂੰ ਜਿਹੜਾ ਆ ਸਥਿਰ ਰੱਖਣ ਲਈ ਵੀ ਕੀ ਐਕਸ਼ਨ ਲਏ, ਉਹਨਾਂ ਨੇ ਸਾਨੂੰ ਆਪਣੀ ਰਿਪੋਰਟ ਦਿੱਤੀ ਹੈ ਇਸ ਬਾਰੇ। ਕੀ ਉਹਨਾਂ ਨੇ ਕੋਈ ਐਵੀਡੈਂਸ ਦਿੱਤੇ, ਕੋਈ CCTV ਫੁਟੇਜ ਦਿੱਤੀ, ਕੋਈ ਵੀਡੀਓ ਕਲਿੱਪ ਦਿਖਾਈਆਂ ਕਿ ਅਸੀਂ ਅਨਮਨੁੱਖੀ ਵਿਵਹਾਰ ਐਲੀ ਮਾਂਗਟ ਨਾਲ ਨਹੀਂ ਕੀਤਾ? ਉਹਨਾਂ ਨੇ ਉਸ ਵਕਤ ਦੀਆਂ ਵੀਡੀਓਜ਼ ਦਿਖਾਈਆਂ ਜਦੋਂ ਉਹ ਉੱਥੇ ਪਹੁੰਚੇ ਸਨ, ਔਰ ਮੌਕੇ 'ਤੇ ਜਿਹੜੇ ਆਲੇ ਦੁਆਲੇ ਕਾਫੀ ਜਿਹੜੀ ਭੀੜ ਇਕੱਠਾ ਹੋਈ ਸੀਗੀ, ਅਤੇ ਉਹਨੂੰ ਕੰਟਰੋਲ ਕਰਨ ਲਈ ਉਹਨਾਂ ਨੂੰ ਜੋ ਵੀ ਕੁਛ ਕਰਨਾ ਪਿਆ ਉਹ ਸਾਰੇ ਐਕਸ਼ਨ ਦੀਆਂ ਉਹਨਾਂ ਨੇ ਵੀਡੀਓਜ਼ ਦਿਖਾਈਆਂ ਸੀ। ਕਸਟਡੀ ਦੇ ਦੌਰਾਨ ਜਿਸ ਤਰੀਕੇ ਨਾਲ ਐਲੀ ਮਾਂਗਟ ਨੇ ਆਰੋਪ ਲਗਾਇਆ ਕਿ ਕਸਟਡੀ ਦੌਰਾਨ ਕੁੱਟਿਆ ਗਿਆ ਉਹਨਾਂ ਨੂੰ, ਤਾਂ ਉਹ ਕਸਟਡੀ ਦੀ ਕੋਈ ਵੀਡੀਓ ਕਲਿੱਪ, ਕੋਈ CCTV ਫੁਟੇਜ ਮੋਹਾਲੀ ਪੁਲਿਸ ਵੱਲੋਂ ਪ੍ਰੋਵਾਈਡ ਕਰਾਈ ਗਈ ਕਿ ਅਸੀਂ ਇਸ ਤਰੀਕੇ ਦਾ ਕੋਈ ਬਿਹੇਵ ਨਹੀਂ ਕੀਤਾ? ਕਿ ਉਸ ਸਮੇਂ ਉਹ CCTV ਚੱਲ ਰਹੇ ਸਨ? ਨਹੀਂ, ਇਹਦੇ ਬਾਰੇ ਕੁਐਸਚਨ ਪੁੱਟ ਕੀਤਾ ਸੀਗਾ, ਪਰ CCTV ਨਹੀਂ ਚੱਲ ਰਹੇ ਸਨ ਉਹਨਾਂ ਦੇ ਜਿਹੜੇ ਥਾਣੇ ਦੇ ਸੀਗੇ, ਅਤੇ ਅਦਰਵਾਈਜ਼ ਵੀ ਅਗਰ ਕੋਈ ਉਹ ਕੁੱਟਮਾਰ ਕਰਨਗੇ ਤਾਂ ਕਲੀਅਰਲੀ ਸਾਨੂੰ ਥੋੜ੍ਹੀ ਨਾ ਦੱਸਣਗੇ, ਉਹ ਜੋ ਉਹਨਾਂ ਦੀ ਰਿਪੋਰਟ ਹੈ ਉਹ ਡਿਨਾਈ ਕਰਕੇ ਕਹਿੰਦੇ। ਜੋ ਪੰਜਾਬ ਪੁਲਿਸ ਇਨਕੁਆਇਰੀ ਕਰ ਰਹੀ ਹੈ IG ਦੀ ਉਹਦੇ ਰਹਿਨੁਮਾਈ ਦੇ ਹੇਠ, ਕੀ ਉਹ ਰਿਪੋਰਟ ਦੇ ਆਉਣ 'ਤੇ ਹੀ ਕਮਿਸ਼ਨ ਕੰਮ ਕਰੇਗਾ ਜਾਂ ਫਿਰ ਕਮਿਸ਼ਨ ਆਪਣੇ ਤੌਰ 'ਤੇ ਕਾਰਵਾਈ ਕਰੇਗਾ? ਇੱਕ ਸਾਡੇ ਜੂਰਿਸਡਿਕਸ਼ਨ ਜੋ ਸਾਡੀ ਬਣਦੀ ਹੈ, ਅਸੀਂ ਇੱਕ ਰਿਪੋਰਟ ਦੀ ਵੇਟ ਕਰਦੇ ਹਾਂ, ਬਟ ਜਿਹੜੀ ਸਾਡਾ ਆਪਣਾ ਇੰਡੀਪੈਂਡੈਂਟ ਬਿਊਰੋ ਹੈ, ਅਸੀਂ ਆਪਣੀ ਜਿਹੜੀ ਇਨਕੁਆਇਰੀ ਹੈ ਪ੍ਰੋਪਰ ਉਸ ਬੇਸ 'ਤੇ ਕਰਾਂਗੇ। ਅਸੀਂ ਉਹਨਾਂ ਦੀ ਰਿਪੋਰਟ ਦੇ ਬੇਸ 'ਤੇ ਨਹੀਂ ਹੈਗਾ, ਬਟ ਜੋ ਵੀ ਮਟੀਰੀਅਲ ਉਹਨਾਂ ਦੇ ਕੋਲ ਹੈਗਾ ਆ ਉਸ ਬੇਸ 'ਤੇ ਕੀ IG ਸਾਹਿਬ ਸਾਡੇ ਕੋਲ ਪੇਸ਼ ਕਰਦੇ ਨੇ, ਉਸ ਤੋਂ ਬਾਅਦ ਹੀ ਅਸੀਂ ਕਿਸੇ ਫੈਸਲੇ 'ਤੇ ਪਹੁੰਚਾਂਗੇ। ਇਹ ਤਾਂ ਹੋ ਗਿਆ ਮੋਹਾਲੀ ਪੁਲਿਸ ਵੱਲੋਂ ਜੋ ਐਵੀਡੈਂਸ ਦਿੱਤੇ ਗਏ ਤੁਹਾਨੂੰ ਜਾਂ ਫਿਰ ਰਿਪੋਰਟ ਦਿੱਤੀ ਜਾਏਗੀ ਪੰਜਾਬ ਪੁਲਿਸ ਵੱਲੋਂ ਜੋ ਇਨਕੁਆਇਰੀ ਚੱਲਦੀ ਆ। ਇੱਕ ਪੱਖ ਇਹ ਵੀ ਹੈ ਕਿ ਐਲੀ ਮਾਂਗਟ ਇਸ ਪੂਰੇ ਮਸਲੇ ਦੇ ਵਿੱਚ ਕੋਈ ਰਿਪੋਰਟਾਂ ਲੈ ਕੇ ਤੁਹਾਡੇ ਕੋਲ ਪਹੁੰਚੇ ਆ ਜਾਂ ਫਿਰ ਕੋਈ ਇਸ ਤਰੀਕੇ ਦੇ ਐਵੀਡੈਂਸ ਦਿੱਤੇ ਆ ਉਹਨਾਂ ਨੇ, ਕੀ ਉਹਨਾਂ ਨਾਲ ਵਾਕਈ ਹੀ ਅਨਮਨੁੱਖੀ ਵਿਵਹਾਰ ਹੋਇਆ?
ਨਹੀਂ, ਹਜੇ ਤੱਕ ਉਹ ਸਾਡੇ ਕੋਲ ਕੋਈ ਨਹੀਂ ਪਹੁੰਚੇ ਹੈਗੇ ਐਲੀਮੈਂਟ ਕਿ ਜਦੋਂ ਪਹੁੰਚਣਗੇ ਆਪਣਾ ਜੋ ਵੀ ਪੱਖ ਰੱਖਣਗੇ ਜੋ ਵੀ ਉਹਨਾਂ ਕੋਲ ਰਿਪੋਰਟਸ ਹੈਗੀਆਂ ਨੇ ਉਹ ਜਦੋਂ ਤੱਕ ਸਾਨੂੰ ਨਹੀਂ ਦੱਸਣਗੇ ਅਸੀਂ ਉਹਦੇ 'ਤੇ ਕੋਈ ਕਾਰਵਾਈ ਨਹੀਂ ਕਰ ਸਕਦੇ ਹੈਗੇ। ਬਟ ਜਿਹੜੇ ਅਸੀਂ ਸੂਮੋਟੋ ਲਿਆ ਹੈਗਾ ਉਹਦੇ ਲਈ ਅਸੀਂ SSP ਨੂੰ ਕਾਲ ਕੀਤਾ ਸੀਗਾ ਉਸ ਨੋਟਿਸ 'ਤੇ, ਉਹਨਾਂ ਦੀ ਜੋ ਇਨਕੁਆਇਰੀ ਅਸੀਂ ਉਹਨਾਂ ਤੋਂ ਮੰਗੀ ਸੀ ਉਹਨਾਂ ਨੇ ਆਪਦੀ ਰਿਪੋਰਟ ਤਾਂ ਦਿੱਤੀ ਹੈ ਵਨ ਸਾਈਡਡ, ਉਹਨਾਂ ਦੀ ਰਿਪੋਰਟ 'ਤੇ ਅਸੀਂ ਕੋਈ ਵੀ ਅੱਗੇ ਫਰਦਰ ਐਕਸ਼ਨ ਨਹੀਂ ਲੈ ਸਕਦੇ ਜਦੋਂ ਤੱਕ ਸਾਡੇ ਕੋਲ ਪ੍ਰੋਪਰ ਰਿਪੋਰਟ ਨਹੀਂ ਆਉਂਦੀ ਹੈਗੀ ਹੈ। ਔਰ ਪ੍ਰੋਪਰ ਰਿਪੋਰਟ ਅਸੀਂ ਪੁਲਿਸ ਦੀ ਰਿਪੋਰਟ 'ਤੇ ਹੀ ਨਹੀਂ ਬੇਸ ਹੋਵਾਂਗੇ, ਉਸ ਰਿਪੋਰਟ ਤੋਂ ਬਾਅਦ ਸਾਡੀ ਆਪਣੀ ਕਮਿਸ਼ਨ ਦੀ ਆਪਣੀ ਰਿਪੋਰਟ ਬਣੇਗੀ, ਦੈਨ ਉਹਦੇ 'ਤੇ ਅਸੀਂ ਕੰਮ ਕਰਾਂਗੇ। ਜਿਸ ਤਰੀਕੇ ਨਾਲ ਕੱਲ੍ਹ ਐਲੀਮਾਂਗਟ ਸਿਵਲ ਹੋਸਪਿਟਲ ਮੋਹਾਲੀ ਦੇ ਵਿੱਚ ਪਹੁੰਚੇ, ਉਹਨਾਂ ਨੇ ਇੱਕ ਰਿਪੋਰਟ ਉੱਥੋਂ ਦੇ SMO ਨੂੰ ਦਿਖਾਈ ਕਿ ਮੇਰੀ ਇਹ ਰਿਪੋਰਟ ਹੈਗੀ ਆ, ਤਾਂ ਉਹਨਾਂ ਨੇ ਇਹ ਐਲੀਗੇਸ਼ਨ ਲਗਾਏ ਕਿ ਮੋਹਾਲੀ ਦੇ ਸਿਵਲ ਹੋਸਪਿਟਲ ਦੀ ਅਥਾਰਟੀ ਨੇ ਵੀ ਸਹੀ ਕੰਮ ਨਹੀਂ ਕੀਤਾ, ਡਾਕਟਰਸ ਨੇ ਵੀ ਸਹੀ ਕੰਮ ਨਹੀਂ ਕੀਤਾ, ਆਪਣੇ ਕੰਮ ਨੂੰ ਜਸਟੀਫਾਈ ਨਹੀਂ ਕੀਤਾ। ਕੀ ਤੁਹਾਡੇ ਵੱਲੋਂ ਮੋਹਾਲੀ ਸਿਵਲ ਹੋਸਪਿਟਲ ਦੀ ਅਥਾਰਟੀ ਨੂੰ ਜਾਂ ਸੰਬੰਧਿਤ ਡਾਕਟਰਸ ਨੂੰ ਵੀ ਸੂਮੋਟੋ ਲੈ ਕੇ ਬੁਲਾਇਆ ਜਾਵੇਗਾ ਕਿ ਤੁਸੀਂ ਆਪਣਾ ਪੱਖ ਰੱਖੋ ਇਸ ਤਰੀਕੇ ਦੇ ਐਲੀਗੇਸ਼ਨ ਆ ਤੁਹਾਡੇ 'ਤੇ? ਹਾਂ, ਜੋ ਵੀ ਸਾਡੇ ਕੋਲ ਸਾਹਮਣੇ ਆਏਗਾ, ਅਗਰ ਐਲੀਮਾਂਗਟ ਸਾਨੂੰ ਇਸ ਬਾਰੇ ਕੋਈ ਇਨਫੋਰਮੇਸ਼ਨ ਦੇਗਾ ਕਿ ਇਹ ਜਿਹੜੇ ਸਾਰਾ ਚੀਜ਼ਾਂ ਗਲਤ ਹੋਈ ਹੈ, ਜਾਂ ਸਾਡੇ ਕੋਲ ਜਿਹੜੀ ਨਿਊਜ਼ ਆਏਗੀ ਉਸ ਬੇਸ 'ਤੇ ਅਸੀਂ ਉਹਨਾਂ ਨੂੰ ਵੀ ਕਾਲ ਕਰਾਂਗੇ ਔਰ ਪ੍ਰੋਪਰ ਉਹਦੇ 'ਤੇ ਵੀ ਇਨਕੁਆਇਰੀ ਬਿਠਾਵਾਂਗੇ। ਇਹਦੇ 'ਤੇ ਕੋਈ ਕਾਰਵਾਈ ਹੋ ਸਕਦੀ ਹੈ? ਕਿੰਨਾ ਕੁ ਟਾਈਮ ਲੱਗ ਸਕਦਾ ਹੈ? ਕਦੋਂ ਤੱਕ ਦੀ ਮੁਹਲਤ ਮੋਹਾਲੀ ਪੁਲਿਸ ਨੂੰ ਅੱਜ ਤੁਹਾਨੂੰ ਦਿੱਤੀ ਗਈ? 3 ਹਫ਼ਤਿਆਂ ਦਾ ਟਾਈਮ ਦਿੱਤਾ ਹੈ, ਉਸ ਤੋਂ ਬਾਅਦ ਜਿਹੜਾ ਹੈ ਨੈਕਸਟ ਅਸੀਂ ਉਹਦੇ 'ਤੇ ਕਾਰਵਾਈ ਕਰਾਂਗੇ, ਕਿਉਂਕਿ ਬਿਨਾਂ ਕਿਸੇ ਵੀ ਰਿਪੋਰਟ ਤੋਂ ਅਸੀਂ ਕੁਛ ਵੀ ਐਕਸ਼ਨ ਨਹੀਂ ਲੈ ਸਕਦੇ, ਦੋਨੋਂ ਪ੍ਰੋਪਰ ਅਤੇ ਨਾ ਜਦੋਂ ਤੱਕ ਸਾਡੇ ਕੋਲ ਨਹੀਂ ਹੈਗੀਆਂ। MRL ਰਿਪੋਰਟ ਦਾ ਇੱਕ ਹਵਾਲਾ ਦਿੱਤਾ ਸੀ ਐਲੀਮਾਂਗਟ ਨੇ ਕਿ MRL ਰਿਪੋਰਟ ਦੇ ਵਿੱਚ ਆਇਆ ਕਿ ਉਹਨਾਂ ਨਾਲ ਕੁੱਟਮਾਰ ਹੋਈ ਹੈ, ਕੀ ਉਹ ਰਿਪੋਰਟ ਤੁਹਾਡੇ ਕੋਲ ਪਹੁੰਚੀ ਹੈ ਹਾਲੇ ਤੀਕਰ ਕਿਸੇ ਵੀ ਸੋਰਸਸ ਦੇ ਜ਼ਰੀਏ ਜਾਂ ਫਿਰ ਐਲੀਮਾਂਗਟ ਦੇ ਜ਼ਰੀਏ? ਨਹੀਂ, ਸਾਡੇ ਕੋਲ ਕੋਈ ਰਿਪੋਰਟ ਨਹੀਂ ਪਹੁੰਚੀ, ਇਸੇ ਕਰਕੇ ਅਸੀਂ ਥੋੜ੍ਹਾ ਟਾਈਮ ਜਿਹੜਾ ਆ ਉਹ ਦਿੱਤਾ ਹੈ ਕਿ ਸਾਡੇ ਕੋਲ ਪ੍ਰੋਪਰ ਰਿਪੋਰਟ ਔਰ ਰਿਕਾਰਡ ਪਹੁੰਚੇ। ਐਲੀਮਾਂਗਟ ਨੂੰ ਬੁਲਾਇਆ ਗਿਆ ਤੁਸੀਂ ਜਾਂ ਬੁਲਾਇਆ ਤਾਂ ਕਦੋਂ ਬੁਲਾਇਆ? ਸਾਡੇ ਵੱਲੋਂ ਜਿਹੜੇ ਕਿ ਨੋਟਿਸ ਪ੍ਰੋਪਰ ਜਾਂਦੇ ਨੇ ਉਹਨਾਂ ਕੋਲ ਪਹੁੰਚ ਗਏ ਨੇ, ਅਤੇ ਪਰ ਹਜੇ ਤੱਕ ਸਾਡੇ ਕੋਲ ਨਹੀਂ ਪਹੁੰਚੇ ਹੈਗੇ। ਮੰਦਭਾਗੀ ਘਟਨਾ ਕਿ ਇਸ ਤਰੀਕੇ ਦੇ ਐਲੀਗੇਸ਼ਨ ਲਗਾਤਾਰ ਮੋਹਾਲੀ ਪੁਲਿਸ 'ਤੇ ਵੀ ਲੱਗਦੇ ਰਹੇ ਨੇ, ਪੰਜਾਬ ਪੁਲਿਸ 'ਤੇ ਵੀ ਲੱਗਦੇ ਰਹੇ ਨੇ ਕਿ ਅਣਮਨੁੱਖੀ ਵਿਵਹਾਰ ਕੀਤਾ ਜਾਂਦਾ, ਕੀ ਲੱਗਦਾ ਨਹੀਂ ਕਿ ਇਸ ਤਰੀਕੇ ਦੇ ਵਿਵਹਾਰ ਨੂੰ ਰੋਕਣ ਲਈ ਕਾਰਵਾਈ, ਸਖਤ ਕਾਰਵਾਈ ਕਰਨ ਦੀ ਲੋੜ ਹੈ ਤਾਂ ਕਿ ਇਸ ਤਰੀਕੇ ਦਾ ਬਿਹੇਵ ਅੱਗੇ ਤੋਂ ਨਾ ਆਵੇ? ਤੁਸੀਂ ਵੀ ਜੁਡੀਸ਼ੀਅਲ ਪਾਵਰ ਰੱਖਦੇ ਹੋ, ਸੁਪਰੀਮ ਕੋਰਟ ਦੀ ਗਾਈਡਲਾਈਨ ਹੈ ਕਿ ਕਿਸੇ ਨਾਲ ਅਣਮਨੁੱਖੀ ਵਿਵਹਾਰ ਨਹੀਂ ਕਰ ਸਕਦੇ, ਤੁਸੀਂ 3rd degree ਟੋਰਚਰ ਨਹੀਂ ਕਰ ਸਕਦੇ, ਤਾਂ ਇਸ ਲਈ ਕੀ ਪਲਾਨ ਕਰ ਰਿਹਾ ਕਮਿਸ਼ਨ? ਜਿਹੜੇ ਸਾਡੇ ਕਮਿਸ਼ਨ ਵੱਲੋਂ ਪ੍ਰੋਪਰ ਰੇਡ ਵੱਜਦੀਆਂ ਨੇ ਥਾਣਿਆਂ ਦੇ ਵਿੱਚ, ਅਸੀਂ ਰੇਡ ਮਾਰੀ ਦੀ ਹੈ ਕਿਸੇ ਵੀ ਟਾਈਮ ਜਾ ਕੇ ਕਿ ਜਿਹੜਾ ਆ ਕਿ ਇਸ ਤਰ੍ਹਾਂ ਦਾ ਕੋਈ ਵੀ ਐਕਸ਼ਨ ਨਾ ਉੱਥੇ ਹੁੰਦਾ ਹੋਵੇ। ਬਟ ਜਦੋਂ ਤੱਕ ਅਸੀਂ ਉਹਨਾਂ ਤੋਂ ਰਿਪੋਰਟ ਲੈਂਦੇ ਹਾਂ ਜਾਂ ਉਹਨਾਂ ਦੇ ਵਰਜਨ ਸੁਣਦੇ ਹਾਂ ਅਤੇ ਕੋਈ ਸਾਰੇ ਉਹ ਡਿਨਾਈ ਕਰਕੇ ਜਾਂਦੇ ਆ, ਮੌਕੇ 'ਤੇ ਜੋ ਅਸੀਂ ਫੜ ਲੈਂਦੇ ਹਾਂ ਉਹ ਚੀਜ਼ ਸਾਹਮਣੇ ਆ ਜਾਂਦੀ ਹੈ, ਅਦਰਵਾਈਜ਼ ਉਹਨੂੰ ਪ੍ਰੂਵ ਕਰਨਾ ਬੜਾ ਔਖਾ ਹੋ ਜਾਂਦਾ, ਥਾਣੇ ਦੇ ਅੰਦਰ ਕੀ ਹੋਇਆ ਉਸ ਚੀਜ਼ ਨੂੰ ਪ੍ਰੂਵ ਕਰਨਾ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਹੈ। ਇਹ ਲੱਗਦਾ ਕਿ ਕਮਿਸ਼ਨ ਦੇ ਸਾਹਮਣੇ ਇੱਕ ਰੁਕਾਵਟ ਵੀ ਹੈਗੀ ਹੈ ਕਿ ਕਾਰਵਾਈ ਕਦੇ ਨਾ ਕਦੇ ਇਸ ਕਰਕੇ ਵੀ ਨਹੀਂ ਹੋ ਸਕਦੀ ਕਿਉਂਕਿ ਇਹਨਾਂ ਚੀਜ਼ਾਂ ਨੂੰ ਕਾਨੂੰਨੀ ਤੌਰ 'ਤੇ ਪ੍ਰੂਵ ਕਰਨਾ ਵੀ ਔਖਾ ਹੋ ਜਾਂਦਾ, ਕਿਉਂਕਿ ਜਦੋਂ ਤੱਕ ਸਾਡੇ ਕੋਲ ਕੋਈ ਪ੍ਰੂਫ ਨਹੀਂ ਹੈ ਕਿ ਇਹ ਅੰਦਰ ਕੁੱਟਮਾਰ ਮੈਡੀਕਲ ਬੇਸ 'ਤੇ ਹੈ, ਜੁਡੀਸ਼ਰੀ ਅਗਰ ਮੈਡੀਕਲ ਦੇ ਵਿੱਚ ਆਏਗਾ ਤਾਂ ਉਹਦੇ 'ਤੇ ਐਕਸ਼ਨ ਹੋਏਗਾ, ਅਗਰ ਮੈਡੀਕਲ 'ਚ ਨਹੀਂ ਆਏਗਾ ਤਾਂ ਉਹ ਐਕਸ਼ਨ ਨਹੀਂ ਹੋਏਗਾ। ਧੰਨਵਾਦ ਮੈਮ ਗੱਲਬਾਤ। ਥੈਂਕ ਯੂ ਮੈਮ। 15 ਦਿਨਾਂ ਦਾ ਸਮਾਂ ਹੁਣ ਮੋਹਾਲੀ ਪੁਲਿਸ ਨੂੰ ਮਿਲਿਆ, ਇਹਨਾਂ 15 ਦਿਨਾਂ ਦੇ ਸਮੇਂ ਦੇ ਵਿੱਚ ਉਹ ਪ੍ਰੂਵ ਵੀ ਕਰ ਸਕਦੇ ਨੇ ਕਿ ਉਹਨਾਂ ਨੇ ਇਸ ਤਰੀਕੇ ਦੀ ਕੁੱਟਮਾਰ ਨਹੀਂ ਕੀਤੀ, ਲੇਕਿਨ ਰਿਪੋਰਟ ਦਾ ਇੰਤਜ਼ਾਰ ਕਮਿਸ਼ਨ ਨੂੰ ਜ਼ਰੂਰ ਰਹੇਗਾ ਕਿ ਰਿਪੋਰਟ ਦੇ ਵਿੱਚ ਕੀ ਆਉਂਦਾ, ਕਿਉਂਕਿ IG ਦੀ ਗਵਾਹੀ ਦੇ ਵਿੱਚ ਪੰਜਾਬ ਪੁਲਿਸ ਇੱਕ ਇਨਕੁਆਇਰੀ ਵੀ ਕਰ ਰਹੀ ਆ, ਉਸ ਇਨਕੁਆਇਰੀ ਦਾ ਇੰਤਜ਼ਾਰ ਰਹੇਗਾ, ਉਸ ਇਨਕੁਆਇਰੀ ਤੋਂ ਬਾਅਦ ਹੀ ਇਹ ਸਾਫ਼ ਹੋ ਪਾਏਗਾ ਕਿ ਆਖਿਰਕਾਰ ਐਲੀਮਾਂਗਟ ਨਾਲ ਅਣਮਨੁੱਖੀ ਵਿਵਹਾਰ ਹੋਇਆ ਵੀ ਹੈ ਜਾਂ ਨਹੀਂ ਹੋਇਆ। ਅਗਰ
ਮੋਹਾਲੀ ਪੁਲਿਸ ਨੇ ਇਸ ਤਰੀਕੇ ਦਾ ਵਿਵਹਾਰ ਕੀਤਾ ਤਾਂ ਉਹਨਾਂ 'ਤੇ ਬਣਦੀ ਕਾਰਵਾਈ ਵੀ ਪੰਜਾਬ ਸਟੇਟ ਹਿਊਮਨ ਰਾਈਟ ਕਮਿਸ਼ਨ ਵੀ ਕਰੇਗਾ। ਕੈਮਰਾਮੈਨ ਦੀਪਕ ਦੇ ਨਾਲ ਰਵਿੰਦਰ ਸਿੰਘ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ।